ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂਨੂਆਂ ਦੀ ਕੀਤੀ ਹੋਈ ਕਿਰਤ ਕਮਾਈ ਅਤੇ ਸਤਿਗੁਰੂ ਜੀ ਦੀ ਸੇਵਾ ਹਿੱਤ ਕੱਢੇ ਹੋਏ ਦਸਵਾਂ ਦੇ ਨਾਲ ਇਕੱਤਰ ਕੀਤੇ ਹੋਏ ਲੱਖਾਂ ਰੁਪਈਏ ਦੇ ਰੁਮਾਲੇ ਅੱਜ ਸਾੜ ਕੇ ਸਵਾਹ ਕੀਤੇ ਜਾ ਰਹੇ ਹਨ। ਜਿਸ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚਿਆ ਦਾਨ। ਭਾਈ ਗੁਰੂ ਦੀ ਸੇਵਾ ਅਕਲ ਨਾਲ ਹੁੰਦੀ ਹੈ। ਗੁਰੂ ਕੋਲ ਮਾਣ ਅਕਲ ਨਾਲ ਮਿਲਦਾ, ਦਾਨ ਅਕਲ ਨਾਲ ਕਰਨਾ ਚਾਹੀਦਾ। ਅੱਜ ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਨੌਜਵਾਨ ਬੇਰੁਜ਼ਗਾਰ ਫਿਰਦੇ ਨੇ, ਬੱਚੇ ਪੜ੍ਹਾਈ ਹੁਣ ਵਾਂਝੇ ਰਹਿ ਰਹੇ ਨੇ, ਮਰੀਜ਼ਾਂ ਦੇ ਪੈਸੇ ਦੀ ਕਮੀ ਕਰਕੇ ਇਲਾਜ ਨਹੀਂ ਹੋ ਰਹੇ, ਗਰੀਬ ਗੁਰਬਾ ਢਿੱਡ ਤੋਂ ਭੁੱਖਾ ਅਤੇ ਤਨ ਤੋਂ ਨੰਗਾ ਫਿਰਦਾ, ਉੱਥੇ ਲੱਖਾਂ ਰੁਪਈਏ ਅਸੀਂ ਜਿਹੜੇ ਇਹਨਾਂ ਰੁਮਾਲਿਆਂ ਦੇ ਉੱਤੇ ਖਰਚਦੇ ਹਾਂ ਅਤੇ ਸਮਝਦੇ ਹਾਂ ਕਿ ਇਹਦੇ ਨਾਲ ਸਾਨੂੰ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਹੋਏਗੀ। ਇਹ ਸਾਡੀ ਅਗਿਆਨਤਾ ਹੈ। ਗੁਰੂ ਸਾਹਿਬ ਦੀ ਖੁਸ਼ੀ ਤਾਂ ਉੱਚਾ ਸੁੱਚਾ ਜੀਵਨ ਜੀਣ ਨਾਲ ਮਿਲਣੀ ਹੈ। ਦੈਵੀ ਗੁਣਾਂ ਦਾ ਧਾਰਨੀ ਹੋ ਕੇ ਸਤ ਸੰਤੋਖ ਦਇਆ ਕਰਮ ਧੀਰੇ ਦੇ ਦੈਵੀ ਗੁਣ ਅਮਲੀ ਜੀਵਨ ਦੇ ਅੰਦਰ ਧਾਰਨ ਕਰਕੇ ਲੋੜਵੰਦ ਦੀ ਸੇਵਾ ਕਰਨ ਵਿੱਚ ਹੋਣੀ ਹੈ। ਗੁਰੂ ਸਾਹਿਬ ਨੇ ਜੋ ਵੀ ਭੇਟਾਵਾਂ ਮਿਲਦੀਆਂ ਸਾਨੂੰ ਗਊ ਗਰੀਬ ਲੋਕਾਂ ਦੀ ਸੇਵਾ ਵਾਸਤੇ ਲਾਉਂਦੇ ਸਨ। ਇਹ ਤਾਂ ਰੁਮਾਲੇ ਹੋਏ ਹਨ ਜਿਹੜੇ ਕਿਸੇ ਦਾ ਤਨ ਵੀ ਨਹੀਂ ਕੱਢ ਸਕਦੇ। ਇਸ ਕਰਕੇ ਸਾਨੂੰ ਇਸ ਪੱਖੋਂ ਵਿਚਾਰਨ ਦੀ ਲੋੜ ਹੈ, ਸੋਚਣ ਸਮਝਣ ਦੀ ਲੋੜ ਹੈ ਵੀ ਅਸੀਂ ਇਹ ਲੱਖਾਂ ਰੁਪਈਏ ਕਿਉਂ ਖਰਾਬ ਕਰ ਰਹੇ ਹਾਂ। ਇਸ ਦੀ ਬਜਾਏ ਇੰਨੀ ਮਾਇਆ ਨੂੰ, ਇਹ ਦਸਵੰਧ ਦੀ ਰਕਮ ਨੂੰ ਅਸੀਂ ਕਿਸੇ ਚੰਗੇ ਢੰਗ ਨਾਲ ਲੋੜਵੰਦ ਦੀ ਸੇਵਾ ਵਾਸਤੇ ਖਰਚ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।